ਸੀਨੀਅਰ ਕਾਂਗਰਸੀ ਲੀਡਰ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਚੰਡੀਗੜ੍ਹ ਵਿਖੇ ਇੱਕ ਮੁੱਦਾ ਉਠਾਇਆ ਗਿਆ ਸੀ ਕਿ ਗੁੰਡਾ ਟੈਕਸ ਦਾ ਬੋਲਬਾਲਾ ਪੰਜਾਬ ਦੇ ਵਿੱਚ ਅੱਜ ਵੀ ਜਾਰੀ ਹੈ। ਇਸ ਨੂੰ ਆਧਾਰ ਬਣਾ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕੈਪਟਨ ਸਰਕਾਰ ਉੱਪਰ ਸਵਾਲੀਆ ਨਿਸ਼ਾਨ ਲਗਾ ਦਿੱਤਾ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਤਾਂ ਮੁੱਖ ਮੰਤਰੀ ਨਹੀਂ ਸੁਣਦੇ, ਕਮ ਸੇ ਕਮ ਆਪਣਿਆਂ ਦੀ ਬਿਆਨਬਾਜ਼ੀ ਨੂੰ ਧਿਆਨ 'ਚ ਰੱਖ ਕੇ ਕਾਰਵਾਈ ਅਮਲ 'ਚ ਜ਼ਰੂਰ ਲਿਆਉਣ। ਪੰਜਾਬ ਦੀ ਸਿਆਸਤ ਅਤੇ ਫਿਜ਼ਾਵਾਂ ਦੇ ਵਿੱਚ ਗੁੰਡਾ ਟੈਕਸ ਇੱਕ ਵੱਡਾ ਮੁੱਦਾ ਬਣਿਆ ਹੋਇਆ। ਬੀਤੇ ਦਿਨ ਕਾਂਗਰਸ ਦੇ ਸੀਨੀਅਰ ਲੀਡਰ ਦੁੱਲੋ ਵੱਲੋਂ ਇਹ ਮੁੱਦਾ ਜ਼ੋਰ ਸ਼ੋਰ ਨਾਲ ਚੱਕਿਆ ਗਿਆ ਸੀ ਕਿ ਗੁੰਡਾ ਟੈਕਸ ਅਤੇ ਬਾਕੀ ਦੇ ਮਾਫੀਆ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਮਾਫੀਆ ਦੀ ਵੀ ਗੱਲ ਕੀਤੀ ਹੈ ਕਿ ਸਾਡੀ ਸਰਕਾਰ ਇਹ ਮਾਫੀਆ ਦੇ ਅਗੇਂਸਟ ਲੋਕਾਂ ਨੇ ਬਣਾਈ ਆ, ਉਹ ਮਾਫੀਆ ਜੇ ਵੀ ਕੰਮ ਕਰਦਾ ਹੈ। ਡਰੱਗ ਜ਼ਰੂਰ ਘਟਿਆ ਪਰ ਬਾਕੀ ਦੇ ਜਿਹੜੇ ਮਾਫੀਆ ਨੇ, ਚਾਹੇ ਉਹ ਸੈਂਡ ਮਾਫੀਆ, ਚਾਹੇ ਲੈਂਡ ਮਾਫੀਆ, ਚਾਹੇ ਟਰਾਂਸਪੋਰਟ ਮਾਫੀਆ ਕਹਿ ਲਓ, ਕਈ ਕਿਸਮ ਦੇ ਇਹ ਜਿਹੜਾ ਨੈਕਸਿਸ ਬਣਿਆ ਹੈਗਾ ਨਾ ਪੋਲੀਟੀਕਲ ਔਰ ਬਿਊਰੋਕਰੇਟ ਔਰ ਪੁਲਿਸ ਅਫਸਰਾਂ ਦਾ, ਜਿਨ੍ਹਾਂ ਨੇ ਕਈ ਬਿਜ਼ਨਸ ਬਣਾ ਲਿਆ ਪੈਸੇ ਕਮਾਉਣਾ, ਉਹਨਾਂ 'ਤੇ ਕੰਟਰੋਲ ਕਰੋ। ਸੀ ਐੱਮ ਸਾਹਿਬ ਨੂੰ ਅਸੀਂ ਇਹ ਕਿਹਾ, ਜਿਹੜੇ ਸੋਰਸ ਨੇ ਛੋਟੇ ਪੈਟੀ ਬੰਦਿਆਂ ਨੂੰ ਫੜ ਕੇ ਪਰਚੇ ਦੇ ਦੇਣ ਦਾ ਮਤਲਬ ਨਹੀਂ ਹੱਲ ਹੁੰਦਾ। ਜਿਹੜੇ ਇਸ ਪਿੱਛੇ ਬੜੇ ਬੜੇ ਲੋਕ ਨੇ ਜਿਹੜੇ ਸਮਗਲਿੰਗ ਕਰਾਉਂਦੇ ਨੇ, ਉਹਨਾਂ ਨੂੰ ਨੱਥ ਪਾਓ। ਮੌਕੇ ਉੱਤੇ ਚੌਕਾ ਮਾਰਦਿਆਂ ਪੰਜਾਬ ਭਾਜਪਾ ਨੇ ਕਿਹਾ ਕਿ ਗੁੰਡਾ ਟੈਕਸ ਸ਼ਰੇਆਮ ਕਾਂਗਰਸ ਸਰਕਾਰ 'ਚ ਚੱਲ ਰਿਹਾ ਹੈ ਅਤੇ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਦਾ ਜ਼ਿਕਰ ਵੀ ਟੇਢੇ ਢੰਗ ਦੇ ਨਾਲ ਸਾਂਪਲਾ ਵੱਲੋਂ ਕੀਤਾ ਗਿਆ। ਨਾਲ ਨਾਲ ਉਹਨਾਂ ਆਖਿਆ ਕਿ ਦੁੱਲੋ ਸਾਹਿਬ ਨੇ ਸੱਚ ਬੋਲਿਆ, ਇਸ ਲਈ ਉਹ ਵਧਾਈ ਦੇ ਪਾਤਰ ਨੇ। ਬਿਲਕੁਲ ਹਮ ਉਨਕੀ ਬਾਤ ਸੇ ਸਹਿਮਤ ਹੈ ਔਰ ਇਹ ਜੋ ਪੰਜਾਬ ਮੇਂ ਗੁੰਡਾਗਰਦੀ ਗੁੰਡਾ ਟੈਕਸ ਕੇ ਨਾਮ ਪਰ ਜੋ ਹੈ ਸੋ ਚਰਚਾ ਹੈ ਔਰ ਵਹੀ ਵਿਅਕਤੀ ਜੋ ਆਪਣੇ ਆਪ ਕੋ ਸਭਸੇ ਬੜੇ ਇਮਾਨਦਾਰ ਕਰ ਰਹੇ ਉਨ੍ਹੀਂ ਕੇ ਰਿਸ਼ਤੇਦਾਰ ਗੁੰਡਾ ਟੈਕਸ ਉਨਕੀ ਲੈ ਰਹੇ ਹੈ, ਇਹ ਆਪਣੇ ਆਪ ਮੇਂ ਬਹੁਤ ਬੜੀ ਬਾਤ ਹੈ। ਔਰ ਆਜ ਮਾਫੀਆ ਪੰਜਾਬ ਮੇਂ ਬਹੁਤ ਹਮ ਬਹੁਤ ਦੇਰ ਸੇ ਆਪ ਜਬ ਸੇ ਦੇਖੇਂਗੇ ਤੋ ਹਮ ਯਹੀ ਕਹਿ ਰਹੇ ਹੈ ਕਿ ਮਾਫੀਆ ਇਸ ਵਕਤ ਸਿਰ ਉਠਾਇਆ ਹੁਆ ਹੈ, ਗੁੰਡਾਗਰਦੀ ਸਿਰ ਉਠਾ ਕੇ ਬੈਠੀ ਹੈ। ਆਜ ਸਭੀ ਜੋ ਅਰਾਜਕ ਤੱਤਵ ਹੈ ਉਨਕੋ ਲਗਤਾ ਹੈ ਕਿ ਹਮਾਰੀ ਸਰਕਾਰ ਹੈ ਔਰ ਇਹ ਹਮ ਆਜ ਸੇ 7 ਮਹੀਨੇ 8 ਮਹੀਨੇ ਸੇ ਪਹਿਲੇ ਸੇ ਕਹਿ ਰਹੇ ਹੈ ਔਰ ਆਜ ਉਨਕੀ ਸੀਨੀਅਰ ਲੀਡਰਸ਼ਿਪ ਨੇ ਵੀ ਮਾਨਾ ਹੈ ਕਿ ਪੰਜਾਬ ਮੇਂ ਗੁੰਡਾ ਰਾਜ ਚੱਲ ਰਹਾ ਹੈ, ਪੰਜਾਬ ਮੇਂ ਮਾਫੀਆ ਚੱਲ ਰਹਾ ਹੈ ਔਰ ਉਸਕੇ ਲਈ ਉਨ੍ਹੋਂਨੇ ਕਾਰਵਾਈ ਕਰਨੇ ਕੇ ਲਈ ਐਕਟ ਕੀ ਮੰਗ ਕੀ ਹੈ। ਮੈਂ ਤਾਂ ਦੁੱਲੋ ਸਾਹਿਬ ਕੀ ਬਾਤ ਕਾ ਸਮਰਥਨ ਕਰਤਾ ਹੂੰ ਔਰ ਉਨਕੋ ਵਧਾਈ ਵੀ ਦੇਤਾ ਹੂੰ, ਕਮ ਸੇ ਕਮ ਉਨ੍ਹੋਂਨੇ ਆਗੇ ਆਕਰ ਇੱਕ ਆਪਣੀ ਮਰਦਾਨਗੀ ਕਾ ਸਬੂਤ ਤੋ ਦਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਨਿਸ਼ਾਨਾ ਸਾਧਦਿਆਂ ਵਿਜੇ ਸਾਂਪਲਾ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਤਾਂ ਸੈਟਿਸਫਾਈ ਸਰਕਾਰ ਨਹੀਂ ਕਰ ਸਕੀ ਅਤੇ ਨਾ ਹੀ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ। ਸਾਂਪਲਾ ਨੇ ਬੇਨਤੀ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਆਪਣਿਆਂ ਦੀ ਗੱਲ ਤਾਂ ਸੁਣੀ ਸਕਦੇ ਨੇ। ਦੇਖੀਏ ਪ੍ਰਤਾਪ ਸਿੰਘ ਬਾਜਵਾ ਜੀ ਨੇ ਜਹਾਂ ਵਾਈਟ ਪੇਪਰ ਕੇ ਉੱਪਰ ਕਾਰਵਾਈ ਕੀ ਬਾਤ ਕੀ ਤਾਂ ਰੁਕ ਤਾਂ ਕੌਣ ਹੈ, ਹਮ ਤਾਂ ਖੁਦ ਕਹੇਂਗੇ ਕਿ ਜਲਦੀ ਸੇ ਜਲਦੀ ਕੀ ਜਾਏ ਔਰ ਜੋ ਕਾਰਵਾਈ ਹੈ ਪਹਿਲੇ ਲੋਕਾਂ ਕੇ ਸਾਹਮਣੇ ਤੋਂ ਤੱਥਯ ਸਾਹਮਣੇ ਤੋਂ ਆਏ ਕਿ ਝੂਠ ਕੌਣ ਬੋਲ ਰਿਹਾ ਹੈ। ਔਰ ਦੂਸਰਾ ਬਾਜਵਾ ਜੀ ਔਰ ਦੁੱਲੋ ਜੀ ਨੇ ਇਹ ਵੀ ਤਾਂ ਕਿਹਾ ਹੈ ਨਾ ਕਿ ਜੋ ਵਾਅਦੇ ਕਰਕੇ ਹਮ ਆਏ ਹੈ, ਕਾਂਗਰਸ ਸਰਕਾਰ ਆਈ ਹੈ, ਉਨਕੋ ਪੂਰਾ ਕਰਿਆ ਜਾਏ। ਮੈਂ ਤਾਂ ਇਹ ਕੈਪਟਨ ਸਾਹਿਬ ਕੋ ਇਹ ਕਹੂੰਗਾ ਕਿ ਅਗਰ ਬਾਕੀ ਜਨਤਾ ਕੀ ਨਹੀਂ ਸੁਣਨੀ ਅਲੱਗ ਬਾਤ ਹੈ, ਹਮਾਰੀ ਆਪੋਜੀਸ਼ਨ ਕੀ ਨਹੀਂ ਸੁਣਨੀ ਅਲੱਗ ਬਾਤ ਹੋ ਸਕਤੀ ਹੈ, ਮਗਰ ਆਪਣੀ ਪਾਰਟੀ ਕੇ ਸੀਨੀਅਰ ਕਾਰਿਆਕਰਤਾਓਂ ਕੋ ਜੋ ਪਹਿਲੇ ਪ੍ਰਦੇਸ਼ ਅਧਿਕਸ਼ ਰਹਿ ਚੁੱਕੇ ਹੈ ਬਾਜਵਾ ਜੀ ਵੀ ਔਰ ਦੁੱਲੋ ਜੀ ਵੀ, ਉਨਕੀ ਬਾਤ ਹੀ ਸੁਣ ਕੇ ਉਨਕੀ ਆਪਣੀ ਪਾਰਟੀ ਕੋ ਹੀ ਸੈਟਿਸਫਾਈਡ ਕਰ ਲੇ। ਦੁੱਲੋ ਸਾਹਿਬ ਪਹਿਲੇ ਐਸਸੀ ਕਮਿਸ਼ਨ ਕੀ ਜਬ ਮੀਟਿੰਗ ਹੋਈ ਥੀ ਤਬ ਵੀ ਰਿਐਕਟ ਕਰਕੇ ਗਏ ਕਿ ਕੈਪਟਨ ਸਾਹਿਬ ਇਸਕੇ ਲਈ ਸੀਰੀਅਸ ਨਹੀਂ ਹੈ ਔਰ ਆਜ ਵੀ ਦੁੱਲੋ ਸਾਹਿਬ ਕਹਿ ਰਹੇ ਹੈ ਕਿ ਜੋ ਹਮਾਰੀ ਸਰਕਾਰ ਨੇ ਜਿਸ ਤਰ੍ਹਾਂ ਸੇ ਵਾਅਦੇ ਕੀਏ ਉਹ ਪੂਰੇ ਨਹੀਂ ਕੀਏ ਜਾ ਰਹੇ। ਖੈਰ ਪੰਜਾਬ ਕਾਂਗਰਸ ਦੀ ਧੜੇਬੰਦੀ ਇੱਕ ਵਾਰ ਮੁੜ ਉਜਾਗਰ ਹੋ ਗਈ ਹੈ। ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਸ਼ਮਸ਼ੇਰ ਸਿੰਘ ਦੁੱਲੋ ਲਗਾਤਾਰ ਸਰਕਾਰ ਦੀਆਂ ਖਾਮੀਆਂ ਜਨਤਕ ਮਾਧਿਅਮ ਰਾਹੀਂ ਉਠਾ ਰਹੇ ਨੇ ਅਤੇ ਵਿਰੋਧੀ ਧਿਰ ਵੱਲੋਂ ਵੀ ਮੌਕਾ ਸੰਭਾਲਦਿਆਂ ਇਹਨਾਂ ਦੀ ਪਿੱਠ ਥਪਥਪਾਈ ਜਾ ਰਹੀ ਹੈ। ਹੁਣ ਦੇਖਦੇ ਹਾਂ ਕਿ ਸਰਕਾਰ ਟੈਕਸਾਂ ਅਤੇ ਮਾਫੀਆ ਨੂੰ ਕਦ ਨੱਥ ਪਾਉਂਦੀ ਹੈ ਅਤੇ ਕਦ ਇਹਨਾਂ ਨੂੰ ਜੋੜ ਬਿਠਾ ਕੇ ਅਤੇ ਫਿਰ ਇੱਕ ਸੁਰ 'ਚ ਬਿਆਨਬਾਜ਼ੀ ਪੰਜਾਬ ਕਾਂਗਰਸ 'ਚ ਕਦੋਂ ਸ਼ੁਰੂ ਹੁੰਦੀ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।